ਰਜਿੰਦਰ ਸਿੰਘ ਜੀ। ਕਿੱਥੋਂ ਚੱਲੇ ਸੀ, ਕਿੱਥੇ ਜਾ ਰਹੇ ਸੀ? ਮੋਰ ਚੜ੍ਹ ਸਿੰਘ ਤੋਂ ਚੱਲੇ ਸੀਗੇ ਜੀ, ਅਤੇ ਬਠਿੰਡੇ ਜਾ ਰਹੇ ਸੀ। ਕਿਵੇਂ ਜਾ ਰਹੇ? ਕੋਟਕਪੂਰੇ? ਕੋਟਕਪੂਰੇ? ਹਾਂਜੀ, ਕੋਟਕਪੂਰੇ ਸ਼ਹਿਰ ਜਾ ਰਹੇ ਸੀਗੇ। ਕਿਵੇਂ ਜਾ ਰਹੇ ਸੀ? ਹੈਂਜੀ, ਕਿਵੇਂ ਜਾ ਰਹੇ ਸੀ? ਕੀ ਗੱਲ? ਉੱਥੇ ਸ਼ਗਨਾ ਪ੍ਰੋਗਰਾਮ ਸੀ, ਉੱਥੇ ਜਾ ਰਹੇ ਸੀ। ਫਿਰ ਕੀ ਹੋਇਆ? ਕੋਟ ਵਾਸਤੇ ਕੋਲੇ ਆ ਕੇ ਗੱਡੀ ਲੱਗ ਗਈ ਜੀ, ਭਤੀਜੇ ਦੀ ਮੇਰੇ। ਕਿੰਨੇ ਜਣੇ ਜ਼ਖਮੀ? ਇਹ ਚਾਰ ਜਣੇ ਜ਼ਖਮੀ ਹੈ ਜੀ, ਇੱਕ ਦੀ ਬਾਂਹ ਫ੍ਰੈਕਚਰ ਹੋਈ ਹੈ, ਇੱਕ ਦੀ ਡੈਡ ਹੋ ਗਈ। ਹਾਂਜੀ। ਕਿਵੇਂ ਲੱਗੀ ਗੱਡੀ? ਕੀ ਗੱਲ ਸੀ? ਉਹ ਬੰਦਾ ਜਿਹੜਾ ਮੂਹਰੋਂ ਗੱਡੀ ਆਇਆ, ਉਹਦੀ ਦਾਰੂ ਪੀਤੀ ਹੋਈ ਹੈ ਜੀ। ਹਾਂਜੀ। ਕੀ ਨਾਮ ਹੈ ਤੁਹਾਡਾ? ਪਰਮਜੀਤ। ਕਿੱਥੋਂ ਆਏ ਸੀਗੇ? ਅਸੀਂ ਚੜਸੋ ਮੋੜ ਤੋਂ। ਚੱਲੇ ਕਿੱਥੇ ਸੀ? ਕੋਟਕਪੂਰੇ ਜੀ। ਕਿਵੇਂ ਚੱਲੇ ਸੀ? ਹੈਂ? ਕਿਵੇਂ ਚੱਲੇ ਸੀ? ਅਸੀਂ ਸਾਰੇ ਖਮਣੀ ਮੰਨਣ ਜਾਂਦੇ ਸੀਗੇ ਵੀਰੇ। ਅੱਛਾ। ਮੁੰਡਾ ਤਾਂ ਬਾਹਰ ਸੀ, ਦੇ ਖਮਣੀ ਮੰਨਣ ਜਾਂਦੇ ਸੀ ਸਾ। ਫਿਰ ਕੀ ਹੋਇਆ? ਫਿਰ ਜੀ ਸਾਡੀ ਗੱਡੀ ਤਾਂ ਮੂਹਰੇ ਸੀਗੀ, ਇਹ ਗੱਡੀ 10 ਮਿੰਟ ਬਾਅਦ ਤੁਰੀ ਘਰੋਂ, ਅਸੀਂ ਆ ਕੇ ਡੱਬੇ ਡੁੱਬੇ ਪਾਉਣੇ ਸੀਗੇ, ਤੇ ਕੋਟ ਫੱਟਿਆ ਕਿ ਇਹਦਾ ਐਕਸੀਡੈਂਟ ਹੋ ਗਿਆ, ਇਹਦੇ ਆਪਦੀ ਸਾਈਡ ਤੇ ਉੱਥੇ ਸਾਡੇ ਆਏ, ਉਹਨੇ ਆ ਕੇ ਵਿੱਚ ਗੱਡੀ ਮਾਰ ਦਿੱਤਾ। ਸਾਨੂੰ ਤਾਂ ਸਮੀਰ ਫੋਨ ਆਇਆ, ਸਾਨੂੰ ਕਹਿੰਦੇ ਕੋਟ ਫੱਟੇ ਐਕਸੀਡੈਂਟ ਹੋ ਗਿਆ, ਫਿਰ ਅਸੀਂ ਕੋਟ ਫੱਟੇ ਵੱਗ ਗਏ, ਉੱਥੋਂ ਅਸੀਂ ਫਿਰ ਸਾਰੇ ਹਸਪਤਾਲ ਲੈ ਗਏ, ਉੱਥੋਂ ਅਸੀਂ ਵਾਪਸ ਹਸਪਤਾਲ। ਜਖਮੀ ਕਿੰਨੇ ਹੋਏ? ਜਖਮੀ ਤਾਂ ਜੀ ਕੋਟ ਫੱਟੇ ਕਹਿੰਦੇ ਐਕਸੀਡੈਂਟ ਹੋਇਆ, ਅਸੀਂ ਤਾਂ ਕੋਲੇ ਨਹੀਂ ਸੀਗੇ ਸਾਡੀ ਗੱਡੀ ਦਾ। ਜਖਮੀ ਜੀ ਮੇਰੇ ਤੇ ਦੋ ਨੂੰ ਹੈ, ਕੋਟਕਪੂਰੇ ਚਾਰ ਜਣਿਆਂ ਦੀ ਲੱਤਾਂ ਜੀ ਬਸ। ਡੈਥ ਵੀ ਹੋਈ ਗੁੜੀਆ ਦੇ, ਮੈਂ ਦੇਖੀ ਨਹੀਂ ਦੱਤ ਕਿੰਨੀ ਹੈ। ਡੈਥ ਵੀ ਹੋਈ ਕੋਈ? ਇੱਕ ਡੈਥ ਹੋ ਗਈ ਤਾਏ ਦੀ ਜੀ ਮੇਰੇ। ਮਨਦੀਪ ਕੌਰ। ਕਿੱਥੋਂ ਆ ਰਹੇ ਸੀ, ਕਿੱਥੇ ਜਾ ਰਹੇ ਸੀ? ਮੋੜ ਚੜ੍ਹਤ ਸਿੰਘ ਜਾਂਦੇ ਸੀ, ਦਿਓਰ ਦਾ ਸ਼ਗਨ ਸੀਗਾ, ਸ਼ਗਨ ਪਾਉਣ ਜਾਂਦੇ ਸੀ। ਮੋੜ ਚੜ੍ਹਤ ਸਿੰਘ ਵਾਲੇ ਤੋਂ ਚੱਲੇ ਸੀ? ਚੱਲੇ ਸੀਗੇ। ਕਿੱਥੇ ਜਾਂਦੇ ਸੀਗੇ? ਮੈਂ ਕੋਟਕਪੂਰੇ ਜਾਂਦੇ ਸੀ। ਫਿਰ ਕੀ ਹੋਇਆ? ਕੀ ਹੈ ਪਤਾ ਹੀ ਨਹੀਂ ਲੱਗਿਆ, ਕੀ ਹੋ ਗਿਆ, ਕਿਵੇਂ ਕੀ ਹੋ ਗਿਆ, ਐਕਸੀਡੈਂਟ ਹੋ ਗਿਆ, ਐਂ ਪਤਾ ਲੱਗਿਆ ਬਸ ਵੀ ਐਕਸੀਡੈਂਟ ਹੋ ਗਿਆ, ਕੁਛ ਨਹੀਂ ਪਤਾ ਲੱਗਿਆ ਵੀ ਕੀ ਬਣ ਗਿਆ। ਕਿੰਨੇ ਜਣੇ ਜ਼ਖਮੀ ਹੋ? ਪਤਾ ਹੀ ਨਹੀਂ ਮੈਨੂੰ ਤਾਂ, ਕੁਛ ਨਹੀਂ ਪਤਾ ਕਿੰਨੇ ਜਾਣੇ ਆਗੇ। ਰਜਿੰਦਰ ਸਿੰਘ ਜੀ। ਕਿੱਥੋਂ ਚੱਲੇ ਸੀ, ਕਿੱਥੇ ਜਾ ਰਹੇ ਸੀ? ਮੋਰ ਚੜ੍ਹ ਸਿੰਘ ਤੋਂ ਚੱਲੇ ਸੀਗੇ ਜੀ, ਤੇ ਬਠਿੰਡੇ ਜਾ ਰਹੇ ਸੀ। ਕਿਵੇਂ ਜਾ ਰਹੇ? ਕੋਟਕਪੂਰੇ? ਕੋਟਕਪੂਰੇ? ਹਾਂਜੀ, ਕੋਟਕਪੂਰੇ ਸ਼ਹਿਰ ਜਾ ਰਹੇ ਸੀਗੇ। ਕਿਵੇਂ ਜਾ ਰਹੇ ਸੀਗੇ? ਹੈਂ? ਕਿਵੇਂ ਜਾ ਰਹੇ ਸੀ? ਕੀ ਗੱਲ? ਉੱਥੇ ਸ਼ਗਨਾ ਪ੍ਰੋਗਰਾਮ ਸੀ, ਉੱਥੇ ਜਾ ਰਹੇ ਸੀ। ਫਿਰ ਕੀ ਹੋਇਆ? ਕੋਟ ਵਾਸਤੇ ਕੋਲੇ ਆ ਕੇ ਗੱਡੀ ਲੱਗ ਗਈ ਜੀ, ਭਤੀਜੇ ਦੀ ਮੇਰੇ। ਅੱਛਾ। ਕਿੰਨੇ ਜਣੇ ਜ਼ਖਮੀ? ਇਹ ਚਾਰ ਜਣੇ ਜ਼ਖਮੀ ਹੈ ਜੀ, ਇੱਕ ਦੀ ਬਾਂਹ ਫ੍ਰੈਕਚਰ ਹੋਈ ਹੈ, ਇੱਕ ਦੀ ਡੈਡ ਹੋ ਗਈ। ਮੌਤ ਵੀ ਹੋਈ? ਹਾਂਜੀ। ਕਿਵੇਂ ਲੱਗੀ ਗੱਡੀ? ਕੀ ਗੱਲ ਸੀ? ਉਹ ਬੰਦਾ ਜਿਹੜਾ ਮੂਹਰੋਂ ਗੱਡੀ ਆਇਆ, ਉਹਦੀ ਦਾਰੂ ਪੀਤੀ ਹੋਈ ਹੈ ਜੀ। ਗੱਡੀ ਵਿੱਚ ਗੱਡੀ ਮਾਰੀ? ਹਾਂਜੀ। ਪੰਜਾਬੀ ਕੀ ਨਾਮ ਹੈ ਤੁਹਾਡਾ? ਪਰਮਜੀਤ। ਕਿੱਥੋਂ ਆਏ ਸੀਗੇ? ਅਸੀਂ ਚੜਸੋ ਮੋੜ ਤੋਂ। ਚੱਲੇ ਕਿੱਥੇ ਸੀ? ਕੋਟਕਪੂਰੇ ਜੀ। ਕਿਵੇਂ ਚੱਲੇ ਸੀ? ਹੈਂ? ਕਿਵੇਂ ਚੱਲੇ ਸੀ? ਅਸੀਂ ਸਾਰੇ ਖਮਣੀ ਮੰਨਣ ਜਾਂਦੇ ਸੀਗੇ ਵੀਰੇ। ਅੱਛਾ। ਮੁੰਡਾ ਤਾਂ ਬਾਹਰ ਸੀ, ਦੇ ਖਮਣੀ ਮੰਨਣ ਜਾਂਦੇ ਸੀ ਸਾ। ਫਿਰ ਕੀ ਹੋਇਆ? ਫਿਰ ਜੀ ਸਾਡੀ ਗੱਡੀ ਤਾਂ ਮੂਹਰੇ ਸੀਗੀ, ਇਹ ਗੱਡੀ 10 ਮਿੰਟ ਬਾਅਦ ਤੁਰੀ ਘਰੋਂ, ਅਸੀਂ ਆ ਕੇ ਡੱਬੇ ਡੁੱਬੇ ਪਾਉਣੇ ਸੀਗੇ, ਤੇ ਕੋਟ ਫੱਟਿਆ ਕਿ ਇਹਦਾ ਐਕਸੀਡੈਂਟ ਹੋ ਗਿਆ, ਇਹਦੇ ਆਪਦੀ ਸਾਈਡ ਤੇ ਉੱਥੇ ਸਾਡੇ ਆਏ, ਉਹਨੇ ਆ ਕੇ ਵਿੱਚ ਗੱਡੀ ਮਾਰ ਦਿੱਤਾ। ਸਾਨੂੰ ਤਾਂ ਸਮੀਰ ਫੋਨ ਆਇਆ, ਸਾਨੂੰ ਕਹਿੰਦੇ ਕੋਟ ਫੱਟੇ ਐਕਸੀਡੈਂਟ ਹੋ ਗਿਆ, ਫਿਰ ਅਸੀਂ ਕੋਟ ਫੱਟੇ ਵੱਗ ਗਏ, ਉੱਥੋਂ ਅਸੀਂ ਫਿਰ ਸਾਰੇ ਹਸਪਤਾਲ ਲੈ ਗਏ, ਉੱਥੋਂ ਅਸੀਂ ਵਾਪਸ ਹਸਪਤਾਲ। ਜਖਮੀ ਕਿੰਨੇ ਹੋਏ? ਜਖਮੀ ਤਾਂ ਜੀ ਕੋਟ ਫੱਟੇ ਕਹਿੰਦੇ ਐਕਸੀਡੈਂਟ ਹੋਇਆ, ਅਸੀਂ ਤਾਂ ਕੋਲੇ ਨਹੀਂ ਸੀਗੇ ਸਾਡੀ ਗੱਡੀ ਦਾ। ਜਖਮੀ ਜੀ ਮੇਰੇ ਤੇ ਦੋ ਨੂੰ ਹੈ, ਚਾਰ ਜਣਿਆਂ ਦੀ ਸੱਟਾਂ ਜਾਂਦੀ ਹੈ। ਹਰਪ੍ਰੀਤ ਸਿੰਘ ਜੀ। ਕੀ ਹੋਇਆ? ਕੀ ਹੈ?
ਕੋਡ ਫੱਤੇ ਓਵਰਟੇਕ ਕਰਕੇ ਗੱਡੀ ਮਾਰੀ ਨਾਲ ਦਾਰੂ ਦੀਆਂ ਬੋਤਲਾਂ ਪੀਆਂ ਵਿੱਚ, ਕਹਿੰਦੇ ਘਰ ਦੇ ਕਹਿੰਦੇ ਮੈਂਟਲੀ ਆਪ ਸੈੱਟ ਆ, ਗੱਡੀ ਕਿਉਂ ਫੜਾਈ ਜੀ, ਮੈਂਟਲੀ ਆਪ ਸੈੱਟ ਆ ਜੀ। ਤੁਸੀਂ ਕਾਹਦੇ ਸੀਗੇ? ਅਸੀਂ ਵੀ ਸਵਿਫਟ ਗੱਡੀ 'ਤੇ ਸੀਗੇ ਜੀ, ਅਸੀਂ ਸਗਲ ਪਾਉਣ ਜਾ ਰਹੇ ਜੀ ਕੋਟਕਪੂਰੇ। ਕਿੰਨੇ ਨੇ ਜ਼ਖਮੀ ਹੋਏ? ਸਾਰਿਆਂ ਦੇ ਸਿਰ ਪਾਟੇ ਹੋਏ ਜੀ। ਕਿੰਨੇ ਕੁ ਜਣੇ ਆ? ਚਾਰ ਜਣਿਆਂ ਦੀ ਲੱਤਾਂ ਜੀ ਵੱਧ। ਡੈਥ ਵੀ ਹੋਈ ਕੁੜੀਆਂ ਦੇ, ਮੈਂ ਦੇਖੀ ਨਹੀਂ ਦੱਤ ਕਿੰਨੀ ਹੈ। ਡੈਥ ਵੀ ਹੋਈ ਕੋਈ? ਇੱਕ ਡੈਥ ਹੋ ਗਈ ਤਾਏ ਦੀ ਜੀ ਮੇਰੇ। ਮਨਦੀਪ ਕੌਰ ਕਿੱਥੋਂ ਆ ਰਹੀ ਸੀ, ਕਿੱਥੇ ਜਾ ਰਹੀ ਸੀ? ਮੌੜ ਚੜ੍ਹਤ ਸਿੰਘ ਜਾਂਦੇ ਸੀ, ਦਿਓਰ ਦਾ ਸ਼ਗਨ ਸੀਗਾ, ਸ਼ਗਨ ਪਾਉਣ ਜਾਂਦੇ ਸੀ। ਮੌੜ ਚੜ੍ਹਤ ਸਿੰਘ ਵਾਲੇ ਤੋਂ ਚੱਲੇ ਸੀ? ਚੱਲੇ ਸੀਗੇ। ਕਿੱਥੇ ਜਾਂਦੇ ਸੀਗੇ? ਕੋਟਕਪੂਰੇ ਜਾਂਦੇ ਸੀ। ਫਿਰ ਕੀ ਹੋਇਆ? ਕੀ ਪਤਾ ਹੀ ਨਹੀਂ ਲੱਗਿਆ ਕੀ ਹੋ ਗਿਆ, ਕਿਵੇਂ ਕੀ ਹੋ ਗਿਆ, ਐਕਸੀਡੈਂਟ ਹੋ ਗਿਆ, ਐਂ ਪਤਾ ਲੱਗਿਆ ਬਸ ਵੀ ਐਕਸੀਡੈਂਟ ਹੋ ਗਿਆ, ਕੁਛ ਨਹੀਂ ਪਤਾ ਲੱਗਿਆ ਵੀ ਕੀ ਬਣ ਗਿਆ। ਕਿੰਨੇ ਜਣੇ ਜ਼ਖਮੀ ਹੋ? ਪਤਾ ਹੀ ਨਹੀਂ ਮੈਨੂੰ ਤਾਂ, ਕੁਛ ਨਹੀਂ ਪਤਾ ਕਿੰਨੇ ਜਾਣੇ ਆਗੇ। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।